ਮੇਰਾ ਨਾਮ ਚਰਨਜੀਤ ਹੈ। ਮੈਂ ਹੈਲਥ ਡਰੋਪ ਯੂਜ਼ ਕੀਤਾ, 42 ਦਿਨ ਯੂਜ਼ ਕੀਤਾ। ਮੇਰਾ ਵੇਟ ਬਹੁਤ ਵੱਧ ਚੁੱਕਾ ਸੀਗਾ, ਮੈਨੂੰ 18 ਕਿਲੋ ਵੇਟ ਮੇਰਾ ਲੂਜ਼ ਹੋਇਆ। ਪ੍ਰੋਪਰ ਡਾਇਟ, ਪ੍ਰੋਪਰ ਹੈਲਥ ਡਰੋਪਸ ਯੂਜ਼ ਕੀਤੇ ਅਤੇ ਇਹਦੇ ਨਾਲ ਬਹੁਤ ਫਰਕ ਪਿਆ। ਮੈਂ ਰਿਕਮੈਂਡ ਕਰੂੰਗਾ ਹਰ ਕੋਈ ਯੂਜ਼ ਕਰੇ ਅਤੇ ਆਪਣਾ ਭਾਰ ਘਟਾਵੇ। ਸ਼ਮਾਦਾਨ ਜਾ ਟੂਡੇ, ਤੁਸੀਂ ਸੁਣ ਰਹੇ ਪ੍ਰੋਗਰਾਮ ਸ਼ਮਾਦਾਨ ਚੱਲ ਰਿਹਾ ਜੀ। ਮੈਂ ਤੁਹਾਡੇ ਨਾਲ ਹਰਮੇਲ ਪ੍ਰੀਤ ਅਤੇ ਮੇਰੇ ਨਾਲ ਬਖਤੌਰ ਸਿੰਘ ਢਿੱਲੋਂ ਪ੍ਰੋਗਰਾਮ 'ਚ ਸ਼ਾਮਿਲ ਨੇ, ਖਬਰਾਂ ਦੇ ਉੱਤੇ ਚਰਚਾ ਕਰਨ ਲਈ। ਢਿੱਲੋਂ ਸਾਹਿਬ, ਮੀ ਟੂ ਪੂਰੇ ਦੇਸ਼ 'ਚ ਘੁੰਮਣ ਤੋਂ ਬਾਅਦ ਕਹਿੰਦੇ ਪੰਜਾਬ 'ਚ ਪ੍ਰਵੇਸ਼ ਕਰ ਲਿਆ ਅਤੇ ਚੰਨੀ ਸਾਹਿਬ ਨੇ ਚੰਨ ਚੜਾਤਾ ਕਹਿੰਦੇ। ਬਿਲਕੁਲ ਜੀ, ਖਬਰ ਤਾਂ ਇਹ ਕੱਲ੍ਹ ਦੀ ਰੌਣ ਲਾ ਰਹੀ ਹੈ ਅਖਬਾਰਾਂ ਦੇ ਵਿੱਚ, ਪਰ ਕੱਲ੍ਹ ਦੀ ਜਿਹੜੀ ਪਰ ਇਹ ਨਹੀਂ ਸੀ ਪਤਾ ਲੱਗਿਆ ਕੱਲ੍ਹ ਕਿ ਚੰਨ ਕਿਹਨੇ ਚੜਾਇਆ। ਇੱਕ ਮੰਤਰੀ ਹੈ, ਇੱਕ ਮੰਤਰੀ ਹੈ, ਇੱਕ ਮੰਤਰੀ ਨੇ ਬਦਤਮੀਜ਼ੀ ਕੀਤੀ ਹੈ ਕਿਸੇ ਔਰਤ ਆਫੀਸਰ ਦੇ ਨਾਲ। ਅੱਜ ਹਿੰਦੁਸਤਾਨ ਟਾਈਮਸ ਨੇ ਇਹਦੀ ਪੂਰੀ ਜਿਹੜੀ ਹੈਗੀ ਹੈ ਜੀ, ਉਹ ਜਿਹੜੀ ਕੀ ਕਹਿੰਦੇ ਨੇ, ਬਿੱਲੀ ਥੱਲੇ ਬਾਹਰ ਕੱਢਤੀ ਹੈ। ਹਿੰਦੁਸਤਾਨ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਸਾਡੇ ਪੰਜਾਬ ਦੇ ਜਿਹੜੇ ਟੈਕਨੀਕਲ ਮਿਨਿਸਟਰ ਹੈ ਮਿਸਟਰ ਚਰਨਜੀਤ ਸਿੰਘ ਚੰਨੀ, ਚਰਨਜੀਤ ਸਿੰਘ ਚੰਨੀ ਨੇ ਕੋਈ ਮਹੀਨਾ ਦੋ ਮਹੀਨੇ ਪਹਿਲਾਂ ਇੱਕ ਲੇਡੀ ਆਈ ਐੱਸ ਆਫੀਸਰ ਨੂੰ ਜੀ ਰਾਤ ਨੂੰ ਇੱਕ ਮੈਸੇਜ ਭੇਜਿਆ। ਉਹਨੇ ਮੈਸੇਜ ਦੇਖਿਆ ਵਟਸਐਪ 'ਤੇ, ਅਤੇ ਉਹ ਲੜਕੀ ਨੇ ਨਾਲ ਦੀ ਨਾਲ ਹੀ ਉਹ ਬੀਬੀ ਨੇ ਲਿਖ ਕੇ ਭੇਜਤਾ ਕਿ ਮੈਂ ਆਪਣੇ ਆਪ ਨੂੰ ਅਸਹਿਜ ਮਹਿਸੂਸ ਕਰ ਰਹੀ ਹਾਂ, ਮੇਰੀ ਕੋਈ ਦਿਲਚਸਪੀ ਨਹੀਂ ਜੀ, ਮੈਨੂੰ ਇਸ ਕਿਸਮ ਦੇ ਮੈਸੇਜ ਨਾ ਭੇਜੇ ਜਾਣ। ਮੰਤਰੀ ਜੀ ਨੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਕਾਬੂ ਕੀਤਾ, ਨਾ ਭੇਜਿਆ, ਕੁਛ ਦਿਨ ਰਹੇ, ਫਿਰ ਇਹ ਸਿਲਸਿਲਾ ਸ਼ੁਰੂ ਹੋ ਗਿਆ। ਅੱਛਾ, ਫਿਰ ਉਹ ਬੀਬੀ ਗਈ ਆਪਣੇ ਕੁਲੀਗਸ ਕੋਲ, ਉਹਨੇ ਜਾ ਕੇ ਦੱਸਿਆ ਨਾ ਮੇਰੀ ਰਿਸ਼ਤੇਦਾਰੀ ਹੈ, ਨਾ ਮੇਰੀ ਦੋਸਤੀ ਹੈ, ਨਾ ਮੇਰੇ ਕੋਈ ਲਾਗਾ ਦੇਗਾ, ਇਹ ਮੰਤਰੀ ਮੈਨੂੰ ਕਿਉਂ ਕਰੀ ਜਾਂਦਾ। ਚਲੋ ਰਾਏ ਮਸ਼ਵਰਾ ਕੀਤਾ ਵੀ ਚਲੋ ਸ਼ਾਇਦ ਇਹ ਹਟ ਜਾਵੇ, ਉਹ ਨਾ ਹਟਿਆ ਜੀ। ਅਖੀਰ ਉਹਨਾਂ ਨੇ ਪ੍ਰੋਪਰ ਚੈਨਲ ਦੇ ਰਾਹੀਂ ਇਹ ਮਾਮਲਾ ਮੁੱਖ ਮੰਤਰੀ ਦੇ ਆਫਿਸ ਤੱਕ ਪਹੁੰਚਾਤਾ ਕਿ ਜੀ ਤੁਹਾਡੇ ਮੰਤਰੀ ਜੀ ਆਹ ਗੱਲ ਕਰਦੇ ਜੀ। ਆਫਿਸ ਨੇ ਚੀਫ ਮਿਨਿਸਟਰ ਦੇ ਧਿਆਨ 'ਚ ਲਿਆਂਦਾ। ਹੁਣ ਚੀਫ ਮਿਨਿਸਟਰ ਦੀ ਸਟੇਟਮੈਂਟ ਲੱਗ ਗਈ ਹੈ, ਅੱਜ ਸਟੇਟਮੈਂਟ ਲੱਗ ਚੁੱਕੀ ਹੈ ਚੀਫ ਮਿਨਿਸਟਰ ਜੀ ਜੀ। ਚੀਫ ਮਿਨਿਸਟਰ ਸਾਹਿਬ ਕਹਿੰਦੇ ਕਿ ਜਦੋਂ ਮੈਨੂੰ ਚੀਫ ਮਿਨਿਸਟਰ ਇਸ ਵੇਲੇ ਇਸਰਾਈਲ 'ਚ ਗਏ ਹੋਏ, ਪਰ ਕਿਉਂਕਿ ਇੱਥੇ ਖਬਰਾਂ ਛਪ ਗਈਆਂ ਜੀ, ਖਬਰਾਂ ਤਾਂ ਚੀਫ ਮਿਨਿਸਟਰ ਦੇ ਕੋਲ ਜਾਂਦੀਆਂ ਜਾਂਦੀਆਂ, ਉਹਨਾਂ ਦਾ ਸਟਾਫ ਭੇਜਦਾ। ਚੀਫ ਮਿਨਿਸਟਰ ਨੇ ਕਿਹਾ ਕਿ ਹਾਂ ਮੇਰੇ ਧਿਆਨ ਦੇ ਵਿੱਚ ਇਹ ਮਾਮਲਾ ਆਇਆ ਸੀ ਜੀ, ਮੈਂ ਇਹਨੂੰ ਬਹੁਤ ਗੰਭੀਰਤਾ ਨਾਲ ਲਿਆ, ਮੈਂ ਮੰਤਰੀ ਨੂੰ ਬੁਲਾਇਆ ਔਰ ਮੰਤਰੀ ਨੂੰ ਮੈਂ ਕਿਹਾ ਕਿ ਤੂੰ ਉਹ ਲੇਡੀ ਆਫੀਸਰ ਕੋਲ ਜਾ ਜੀ, ਉਹਦੇ ਕੋਲ ਜਾ ਕੇ ਉਹਦੀ ਤਸੱਲੀ ਕਰਾ, ਜੇ ਖਿਮਾ ਜਾਚਣਾ ਦੀ ਲੋੜ ਆ ਖਿਮਾ ਜਾਚਣਾ ਕਰ ਜੀ, ਔਰ ਇਸ ਮਾਮਲੇ ਨੂੰ ਨਿਪਟਾਓ, ਇਹ ਨਿਪਟ ਜਾਣਾ ਚਾਹੀਦਾ ਹੈ। ਉਸ ਲੇਡੀ ਆਫੀਸਰ ਸੀ ਜਿਹੜਾ, ਉਹਨਾਂ ਵੀ ਕਿਹਾ ਕਿ ਭਾਈ ਤੁਸੀਂ ਆਪਣਾ ਜਿਹੜਾ ਹੈਗਾ ਬੈਠ ਕੇ ਇਹਨੂੰ ਐਮੀਕੇਬਲੀ ਦੇਖੋ ਕੀ ਮਾਮਲਾ ਹੈ, ਜੇ ਤੁਹਾਡੀ ਤਸੱਲੀ ਨਹੀਂ ਤਾਂ ਫਿਰ ਆ ਜਾਓ, ਫਿਰ ਆਪਾਂ ਕਾਰਵਾਈ ਕਰ ਦਿਆਂਗੇ। ਤਾਂ ਚੀਫ ਮਿਨਿਸਟਰ ਸਾਹਿਬ ਕਹਿੰਦੇ ਵੀ ਕਿਉਂਕਿ ਮੇਰੇ ਕੋਲ ਦੁਬਾਰਾ ਕੋਈ ਇਸ ਕਿਸਮ ਦਾ ਮਾਮਲਾ ਨਹੀਂ ਆਇਆ ਅਤੇ ਮੈਂ ਇਹ ਸਮਝ ਲਿਆ ਕਿ ਮਾਮਲਾ ਨਿਪਟ ਚੁੱਕਿਆ, ਉਹਨੇ ਮਾਫ਼ੀ ਮੰਗ ਲਈ। ਲੇਕਿਨ ਪਤਾ ਜਿਹੜੀ ਗੱਲ ਦਾ ਲੱਗਿਆ, ਮੈਂ ਚੰਡੀਗੜ੍ਹ ਦੇ ਕੁਛ ਪੱਤਰਕਾਰ ਸਾਥੀਆਂ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਮਾਫ਼ੀਨਾਮਾ ਵੀ ਮੰਗ ਲਿਆ, ਸਾਰਾ ਕੁਛ ਕਰਤਾ, ਜਿਵੇਂ ਕਹਿੰਦੇ ਨੇ ਕੁੱਤੇ ਦੀ ਪੂਛ 12 ਸਾਲ ਬੰਜਲੀ 'ਚ ਪਈ ਰਹੀ ਸੀ, 12 ਸਾਲਾਂ ਬਾਅਦ ਜਦੋਂ ਕੱਢੀ ਉਹ ਬਿੰਗੀ ਦੀ ਬਿੰਗੀ, ਤਕਨੀਕ ਦੀ ਵਰਤੋਂ ਨਹੀਂ ਛੱਡੀ, ਤਕਨੀਕ ਦੀ ਵਰਤੋਂ ਨਹੀਂ ਛੱਡੀ ਉਹਨੇ, ਤਕਨੀਕ ਉਹਨੇ ਆਪਦੀ ਉਹ ਤਕਨੀਕ ਜਾਰੀ ਰੱਖੀ, ਤਕਨੀਕੀ ਮੰਤਰੀ ਨੇ ਜੀ, ਜਦੋਂ ਤਕਨੀਕ ਜਾਰੀ ਰੱਖੀ ਤੇ ਹੁਣ ਉਹ ਲੜਕੀ ਅੰਬ ਗਈ, ਉਹ ਬੀਬੀ ਅੰਬ ਗਈ ਜੀ, ਹੁਣ ਉਹਨੇ ਸ਼ਰੇਆਮ ਆਪਣਾ ਇਜ਼ਹਾਰ ਕਰਤਾ ਕਿ ਮੈਨੂੰ ਹੁਣ ਕੁਛ ਕਰਨਾ ਚਾਹੀਦਾ। ਜਦੋਂ ਤੁਹਾਨੂੰ ਪਤਾ ਵੀ ਕਿਸੇ ਬਿਊਰੋਕਰੇਟਿਕ ਲੌਬੀ ਦੇ ਵਿੱਚ ਅਜਿਹੀ ਗੱਲ ਵਾਪਰ ਜੇ
ਸਰਕਲ ਸਭ ਦੇ ਹੁੰਦੇ, ਗੱਲ ਮੀਡੀਆ ਤੱਕ ਪਹੁੰਚ ਗਈ। ਪਰਸੋਂ ਇਹ ਖਬਰ ਪਹਿਲਾਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਲੱਗੀ ਸੀ। ਇੰਡੀਅਨ ਐਕਸਪ੍ਰੈਸ ਦੇ ਵਿੱਚ ਕੰਚਨ ਵਾਸੂਦੇਵਾ ਨੇ ਬੜੀ ਪ੍ਰਮੁੱਖਤਾ ਨਾਲ ਛਾਪੀ। ਉਹਨੇ ਨਾਂ ਨਹੀਂ ਦਿੱਤਾ ਮੰਤਰੀ ਦਾ, ਲੇਕਿਨ ਮੰਤਰੀ ਨਾਲ ਉਹਨੇ ਗੱਲ ਕਰ ਲਈ ਸੀ ਕਿ ਮੰਤਰੀ ਜੀ ਤੁਹਾਡੇ ਖਿਲਾਫ਼ ਆਹ ਇਲਜ਼ਾਮ ਹੈ। ਅਤੇ ਮੰਤਰੀ ਨੇ ਕਹਿਤਾ ਜੀ ਨਹੀਂ। ਅੱਜ ਹਿੰਦੁਸਤਾਨ ਟਾਈਮਸ ਨੇ ਦਿੱਤੀ, ਹਿੰਦੁਸਤਾਨ ਟਾਈਮਸ ਵਾਲੇ ਨੇ ਕਿਹਾ ਕਿ ਅਸੀਂ ਮੰਤਰੀ ਦੇ ਨਾਲ ਤਾਲਮੇਲ ਕਰਨ ਦਾ ਯਤਨ ਕੀਤਾ ਅਤੇ ਪਤਾ ਲੱਗਿਆ ਕਿ ਮੰਤਰੀ ਜੀ ਤਾਂ ਇੰਗਲੈਂਡ ਬੈਠੇ, ਟੈਲੀਫੋਨ ਉਹਨਾਂ ਦਾ ਚੱਲ ਹੀ ਰਿਹਾ, ਉਹਨਾਂ ਨੂੰ SMS ਵਗੈਰਾ ਭੇਜੇ, ਹੋਰ ਜਿਹੜਾ ਤੌਰ ਤਰੀਕਾ ਸੀ ਉਹਦੇ ਰਾਹੀਂ ਸੁਨੇਹਾ ਭੇਜੇ, ਲੇਕਿਨ ਮੰਤਰੀ ਜੀ ਦਾ ਕੋਈ ਜਵਾਬ ਨਹੀਂ ਆਇਆ। ਮਤਲਬ ਮੰਤਰੀ ਜੀ ਕਹਿੰਦੇ ਕਿ ਇਹੋ ਜਿਹਾ SMS ਦਾ ਮੈਂ ਜਵਾਬ ਨਹੀਂ ਦਿੰਦਾ। ਹਾਂਜੀ, ਜਿਹੜੀ ਸੰਬੰਧਿਤ ਬੀਬੀ ਸੀ ਉਹਨੇ ਮੂੰਹ ਨਹੀਂ ਖੋਲਿਆ, ਲੇਕਿਨ ਬਿਊਰੋਕਰੇਟ ਸਰਕਲਸ ਦੇ ਵਿੱਚੋਂ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਇਹ ਕੋਈ ਹੋਰ ਨਹੀਂ, ਇਹ ਮੰਤਰੀ ਚਰਨਜੀਤ ਸਿੰਘ ਚੰਨੀ ਹੈ। ਜੀ, ਔਰ ਹੁਣ ਜਿਹੜੀ ਗੱਲ ਦਾ ਨਵਾਂ ਪਤਾ ਲੱਗਿਆ ਕਿ ਇਹ ਆਲਰੇਡੀ ਮਾਮਲਾ ਪਹਿਲਾਂ ਹੀ ਕਾਂਗਰਸ ਹਾਈ ਕਮਾਂਡ ਦੇ ਧਿਆਨ 'ਚ ਹੈ। ਤੁਹਾਡੇ ਧਿਆਨ 'ਚ ਹੋਣਾ ਕਿ ਪਿਛਲੀ ਵਾਰੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਇਆ, ਉਸ ਵੇਲੇ ਇਹਨੂੰ ਆਪਣੇ ਚੌਧਰੀ ਸੁਨੀਲ ਜਾਖੜ ਪਿਛਲੀ ਬਾਦਲ ਸਰਕਾਰ ਵੇਲੇ 2012 ਤੋਂ 17 ਵਾਲੇ ਦੌਰ 'ਚ ਉਹ ਵਿਰੋਧੀ ਧਿਰ ਦੇ ਆਗੂ ਹੁੰਦੇ ਸੀ। ਫਿਰ ਬੈਲੈਂਸ ਕਰਨ ਵਾਸਤੇ ਚੌਧਰੀ ਸੁਨੀਲ ਜਾਖੜ ਨੂੰ ਪਾਸੇ ਕਰਕੇ ਅਤੇ ਚਰਨਜੀਤ ਸਿੰਘ ਚੰਨੀ ਨੂੰ ਬਣਾਤਾ ਸੀ ਵਿਰੋਧੀ ਧਿਰ ਦਾ ਆਗੂ। ਹਾਲਾਂਕਿ ਚੌਧਰੀ ਸੁਨੀਲ ਜਾਖੜ ਦੀ ਪਰਫਾਰਮੈਂਸ ਹੈ ਜਿਹੜੀ ਵਿਧਾਨ ਸਭਾ 'ਚ ਉਹ ਬਹੁਤ ਕਾਬਲੇ ਤਾਰੀਫ ਸੀ, ਸਾਰੇ ਲੋਕ ਉਹਦੀ ਸ਼ਲਾਘਾ ਕਰਦੇ ਹੁੰਦੇ ਸੀ, ਲੇਕਿਨ ਚੰਨੀ ਸਾਹਿਬ ਦੀ ਪਰਫਾਰਮੈਂਸ ਬੜੀ ਪੂਅਰ ਸੀ ਅਤੇ ਉਹ ਤਾਂ ਬੜੀ ਮਸ਼ਹੂਰ ਹੈ ਵੀ ਜਦੋਂ ਇੱਕ ਵਾਰੀ ਸੁਖਬੀਰ ਅਤੇ ਇਹਨਾਂ ਨੇ ਘੇਰ ਲਿਆ ਸੀ ਬਿਕਰਮ ਮਜੀਠੀਆ ਨੇ ਕਿ ਤੁਹਾਡੀ ਸਰਕਾਰ ਨੇ ਕੀ ਕੰਮ ਕੀਤੇ, ਸਾਡੀ ਨੇ ਕੀ ਕੀਤੇ, ਬਹਿਸ ਕਰੋ ਅਤੇ ਇਹ ਸ਼੍ਰੀਮਾਨ ਨੇ ਕਹਿਤਾ ਸੀ ਜੀ ਸਾਡੀ ਸਰਕਾਰ ਨੇ ਪੈਚ ਵਰਕ ਬਹੁਤ ਕੀਤਾ, ਸੜਕਾਂ 'ਤੇ ਪੱਚ ਲਾਏ ਹੈ। ਮਤਲਬ ਪੱਚ ਲਾਉਣ ਵਾਲੀ ਜਿਹੜੀ ਉਹਨੇ ਆਪਣੀ ਉਸ ਵੇਲੇ ਦੀ ਉਹ ਦਿਖਾਈ, ਇਹਦੇ ਬਾਵਜੂਦ ਵੀ ਕਾਂਗਰਸ ਹਾਈ ਕਮਾਂਡ ਦਾ ਨਜ਼ਰੀਆ ਜਿਹੜਾ ਹੈਗਾ ਇਹਦੇ ਪ੍ਰਤੀ ਲਿਹਾਜੂ ਸੀ। ਕਹਿਣ ਵਾਲੇ ਲੋਕ ਤਾਂ ਇਹ ਵੀ ਕਹਿੰਦੇ ਹੈ ਕਿ ਇਹ ਰਾਹੁਲ ਗਾਂਧੀ ਦੇ ਬਹੁਤ ਕਰੀਬ ਸੀ। ਹਾਂਜੀ, ਹੁਣ ਰਾਹੁਲ ਗਾਂਧੀ ਦੇ ਦਰਬਾਰ 'ਚ ਗੱਲ ਪਹੁੰਚ ਗਈ ਹੈ, ਹੋਊਗਾ ਕੀ? ਮੇਰਾ ਖਿਆਲ ਹੈ ਵੀ ਜਿੱਥੋਂ ਤੱਕ ਗੱਲ ਪਹੁੰਚ ਗਈ ਹੈ, ਮੀ ਟੂ ਦਾ ਅਸਰ ਬਹੁਤ ਜ਼ਿਆਦਾ ਹੈ। ਜੇ ਮੀ ਟੂ ਦਾ ਲਪੇਟਾ MJ ਅਕਬਰ ਨੂੰ ਮੰਤਰੀ ਤੋਂ ਸੰਤਰੀ ਵੀ ਨਹੀਂ ਰਹਿਣ ਦਿੱਤਾ, ਬਿਲਕੁਲ ਉਹਨੂੰ ਸੜਕ ਸਵਾਰ ਕਰਤਾ, ਤਾਂ MJ ਅਕਬਰ ਤਾਂ ਬਹੁਤ ਵੱਡੀ ਚੀਜ਼ ਸੀ। MJ ਅਕਬਰ ਤਾਂ ਬਹੁਤ ਵੱਡਾ ਜਰਨਲਿਸਟ ਹੈ, ਉਹ ਬੰਦੇ ਦੇ ਕੋਲ ਅਕਲ ਵੀ ਹੈਗੀ ਹੈ, ਉਹ ਬੰਦੇ ਦੇ ਕੋਲ ਸੋਰਸਿਸ ਵੀ ਹੈਗੇ, ਸਾਰਾ ਕੁਛ ਹੈ। ਉਹ ਤਾਂ ਜੇ ਉਹਨੇ ਨੋਮੀਨੇਸ਼ਨ ਪੇਪਰ ਫਾਈਲ ਕਰਨ ਜਾਣਾ ਹੋਵੇ, 1989 ਦੇ ਵਿੱਚ ਉਹਨੇ ਪਹਿਲੀ ਵਾਰ ਚੋਣ ਲੜੀ ਹੈ ਕਿਸ਼ਨਗੰਜ ਬਿਹਾਰ ਤੋਂ, ਅਤੇ ਉਸ ਵੇਲੇ ਬੰਦਾ ਜਹਾਜ਼ ਦੇ ਉੱਤੇ ਨੋਮੀਨੇਸ਼ਨ ਪੇਪਰ ਫਾਈਲ ਕਰਨ ਵਾਸਤੇ ਗਿਆ ਸੀ। ਚਰਨਜੀਤ ਸਿੰਘ ਚੰਨੀ ਤਾਂ ਵਿਚਾਰਾ ਇੱਕ ਸਧਾਰਨ ਘਰ ਚੋਂ ਹੈ। ਸੋ ਅਕਬਰ ਦੇ ਖਿਲਾਫ ਜਿਸ ਤਰ੍ਹਾਂ ਕਾਂਗਰਸ ਨੇ ਵੀ ਮੋਰਚਾ ਖੋਲਿਆ, ਢਿੱਲੋਂ ਸਾਹਿਬ ਇੱਕ ਦਬਾਅ ਵੀ ਰਹੇਗਾ ਕਾਂਗਰਸ ਹਾਈ ਕਮਾਂਡ 'ਤੇ? ਬਿਲਕੁਲ, ਮੋਰਚਾ ਤਾਂ ਖੁੱਲ ਚੁੱਕਾ ਹੈ, ਆਮ ਆਦਮੀ ਪਾਰਟੀ ਨੇ ਵੀ ਮੋਰਚਾ ਖੋਲਤਾ, ਅੱਜ ਦੀਆਂ ਅਖਬਾਰਾਂ ਪੜ੍ਹੋ, ਸੁਖਬੀਰ ਬਾਦਲ ਵੀ ਕਹਿ ਰਹੇ ਕੈਪਟਨ ਅਮਰਿੰਦਰ ਸਿੰਘ ਉਸ ਮੰਤਰੀ ਨੂੰ ਨੰਗਾ ਕਰੇ, ਕੌਣ ਹੈ ਮੰਤਰੀ ਜੀ, ਔਰ ਉਹਦੇ ਖਿਲਾਫ਼ ਕਾਰਵਾਈ ਕਰੇ। ਕੱਲ੍ਹ ਨੂੰ ਅੱਜ ਦੋ ਅਖਬਾਰਾਂ 'ਚ ਖਬਰਾਂ ਗਈਆਂ, ਕੱਲ੍ਹ ਇਹ ਆਜੂਗਾ ਕਿ ਇਹਦੇ ਖਿਲਾਫ਼ ਕੇਸ ਰਜਿਸਟਰ ਕੀਤਾ ਜਾਵੇ, ਹੋ ਸਕਦਾ BB ਕੇਸ ਰਜਿਸਟਰ ਕਰਾਉਣ ਤੱਕ ਵੀ ਪਹੁੰਚੇ। ਸੋ ਇੱਕ ਗੱਲ ਯਕੀਨੀ ਹੈ ਕਿ ਹੁਣ ਮੰਤਰੀ ਜੀ ਬਹੁਤਾ ਲੰਬਾ ਸਮਾਂ ਮੰਤਰੀ ਨਹੀਂ ਰਹਿਣਗੇ, ਇਹਨਾਂ ਦੀ ਛੁੱਟੀ ਲਾਜ਼ਮੀ ਹੈ, ਅਤੇ ਫਿਰ ਅੱਗੇ ਮੰਤਰੀ ਬਣਦਾ ਕੌਣ ਹੈ? ਕਿਉਂਕਿ ਇਹ ਰਿਜ਼ਰਵ ਕੋਟੇ 'ਚੋਂ ਹੈ ਜੀ, ਰਿਜ਼ਰਵ ਕੋਟੇ ਦੇ ਵਿੱਚੋਂ ਕੌਣ ਆਉਂਦਾ, ਹੁਣ ਮੈਂ ਇਹ ਨਿਗਾਹ ਮਾਰ ਰਿਹਾ ਸੀ। ਕਿੰਨੇ ਕੁ ਬਚੇ ਹੈ? ਹਾਂ, ਬਜੇ ਤਾਂ ਬਚੇ ਤਾਂ ਬਹੁਤ ਹੈ, ਕਿਉਂਕਿ ਪਿੱਛੇ ਜਦੋਂ ਮੰਤਰੀ ਮੰਡਲ ਦਾ ਵਾਧਾ ਹੋਇਆ ਉਦੋਂ ਕਾਫ਼ੀ ਸਾਰੇ ਲੋਕਾਂ ਨੇ ਜਾ ਕੇ ਹਾਈ ਕਮਾਂਡ ਕੋਲ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰਤੀਆਂ ਸੀ, ਸਾਨੂੰ ਨਹੀਂ ਜੀ ਮੌਕਾ ਦਿੱਤਾ, ਮੇਰਾ ਹੱਕ ਬਣਦਾ, ਮੇਰਾ ਹੱਕ, ਹੱਕ ਵਾਲੇ ਵਾਲੇ ਆ ਗਏ ਸੀ ਜੀ। ਲੇਕਿਨ ਡਿਜ਼ਰਵ ਕੌਣ ਕਰਦਾ ਹੈ? ਕਿਉਂਕਿ ਇਹ ਗੱਲ ਦੇਖਣੀ ਪੈਣੀ ਹੈ ਕਿ ਜੇ ਤੁਸੀਂ ਸਰਕਾਰ ਦੀ ਛਵੀ ਚੰਗੀ ਬਣਾਉਣੀ ਹੈ ਤਾਂ ਤੁਹਾਨੂੰ ਚੰਗਾ ਆਦਮੀ ਲੈ ਕੇ ਆਉਣਾ ਪੈਣਾ। ਮੇਰੇ ਖਿਆਲ ਮੁਤਾਬਕ ਇਸ ਵੇਲੇ ਰਿਜ਼ਰਵ ਭਾਈ ਜਿਹੜੀ ਕੈਟੇਗਰੀ ਹੈ ਉਹਦੇ ਵਿੱਚੋਂ ਮੈਨੂੰ ਇੱਕੋ ਇੱਕ ਆਦਮੀ ਜਾਪਦਾ ਹੈ ਜਿਹੜਾ ਡਿਜ਼ਰਵ ਕਰਦਾ, ਉਹ ਹੈ ਡਾਕਟਰ ਰਾਜ ਕੁਮਾਰ ਵੇਰਕਾ। ਕਿਉਂਕਿ ਡਾਕਟਰ ਰਾਜ ਕੁਮਾਰ ਵੇਰਕਾ ਆਪਣੇ ਪਿਛਲੇ ਸਮੇਂ ਦੇ ਦੌਰਾਨ
SC ST ਕਮਿਸ਼ਨ ਹੈ, ਨੈਸ਼ਨਲ ਕਮਿਸ਼ਨ, ਉਹਦੇ ਵਾਈਸ ਚੇਅਰਮੈਨ ਰਹੇ ਹੈ ਜੀ। ਅਤੇ ਪੰਜਾਬ ਦੇ ਵਿੱਚ ਦਲਿਤ ਭਾਈਚਾਰੇ 'ਤੇ ਜਿੱਥੇ ਵੀ ਕਿਤੇ ਅੱਤਿਆਚਾਰ ਹੁੰਦੇ ਸੀ, ਡਾਕਟਰ ਵੇਰਕਾ 24 ਘੰਟਿਆਂ ਦੇ ਵਿੱਚ ਉੱਥੇ ਪਹੁੰਚਦੇ ਰਹੇ ਔਰ ਜਾ ਕੇ ਇਨਸਾਫ਼ ਦਵਾਉਣ ਵਾਸਤੇ। ਮੈਂ ਦੇਖਿਆ ਉਹ ਅਫਸਰਾਂ ਦੀ ਵੀ ਬੜੀ ਰੇਲ ਬਣਾਉਂਦੇ ਸੀ ਜੀ, ਉਹਨਾਂ ਦੇ ਵਿੱਚ ਸਮਰੱਥਾ ਵੀ ਹੈਗੀ ਹੈ, ਉਹ ਕਾਬਲੀਅਤ ਵੀ ਰੱਖਦੇ ਹੈ। ਜਾਪਦਾ ਕਿ ਚੰਨੀ ਜੀ ਜਾਣਗੇ ਅਤੇ ਸ਼ਾਇਦ ਡਾਕਟਰ ਰਾਜ ਕੁਮਾਰ ਵੇਰਕਾ ਦਾ ਹੁਣ ਦਾ ਲੱਗ ਜਾਵੇ। ਬਾਕੀ ਜੇ ਆਪਾਂ ਗੱਲ ਕਰੀਏ ਤਾਂ ਸਾਡੇ ਜਿਹੜੇ ਪੰਜਾਬ ਦੇ ਸਿਆਸਤਦਾਨ, ਇਹਨਾਂ ਦਾ ਕਰੈਕਟਰ ਬੜਾ ਅਜੀਬ ਹੈ ਜੀ। ਇਹ ਅੱਜ ਦੀ ਗੱਲ ਨਹੀਂ, ਕੋਈ ਚੰਨੀ ਸਾਹਿਬ ਨਹੀਂ, 1992 ਦੇ ਵਿੱਚ ਬੇਅੰਤ ਸਿੰਘ ਹੋਰਾਂ ਦੀ ਸਰਕਾਰ ਬਣੀ ਹੈ। ਉਸ ਸਰਕਾਰ ਦੇ ਵਿੱਚ ਵੀ ਇੱਕ ਮੰਤਰੀ ਹੁੰਦੇ ਸੀ, ਸਾਡੇ ਜ਼ਿਲ੍ਹੇ ਦੀ ਮੰਤਰੀ ਸੀ ਜੀ। ਉਹ ਤੋਂ ਪਹਿਲਾਂ ਇੱਕ ਮਿਸਟਰ ਅਟਵਾਲ ਸੀ, ਪੁਲਿਸ ਅਫਸਰ, IPS ਅਫਸਰ ਜੀ। ਉਹ ਅੰਮ੍ਰਿਤਸਰ ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਗਏ, ਮੱਥਾ ਟੇਕਣ ਵਾਸਤੇ ਹੱਥ ਦੇ ਵਿੱਚ ਦੇਗ ਸੀ ਜੀ, ਕਿਸੇ ਨੇ ਗੋਲੀ ਮਾਰਤੀ। ਉਹ ਖਾੜਕੂਬਾਦ ਦਾ ਦੌਰ ਸੀ, ਕਹਿੰਦੇ ਟੈਰਿਸਟਾਂ ਨੇ ਗੋਲੀ ਮਾਰਤੀ, ਉਹਨਾਂ ਦੀ ਮੌਕੇ 'ਤੇ ਮੌਤ ਹੋ ਗਈ ਸੀ। ਗਵਰਨਰੀ ਰਾਜ ਸੀ ਪੰਜਾਬ ਦੇ ਵਿੱਚ ਜੀ, ਅਤੇ ਪੰਜਾਬ ਸਰਕਾਰ ਨੇ ਪਹਿਲ ਦੇ ਆਧਾਰ ਦੇ ਉੱਤੇ ਉਹਨਾਂ ਦੀ ਵਾਈਫ ਨੂੰ PCS ਭਰਤੀ ਕਰ ਲਿਆ ਸੀ, ਪਹਿਲ ਦੇ ਆਧਾਰ ਦੇ ਉੱਤੇ, ਤਰਸ ਦੇ ਆਧਾਰ 'ਤੇ। ਉਹ ਲੜਕੀ ਨੂੰ ਜਦੋਂ PCS ਭਰਤੀ ਕਰ ਲਿਆ, ਚੰਗੇ ਕਰ ਦਿੱਤੀ, ਚੰਗੀ ਪੜ੍ਹੀ ਲਿਖੀ, ਵੈੱਲ ਐਜੂਕੇਟਡ, ਬਣਦੀ ਤਨਦੀ ਸੀ, ਖੂਬਸੂਰਤ ਸੀ। ਉਹਨੂੰ ਸੈਕਟਰੀਏਟ ਦੇ ਵਿੱਚ ਹੀ ਉਹਨੇ ਕਿਹਾ ਵੀ ਚਲੋ ਜੀ ਮੈਨੂੰ ਤਾਂ ਨੇੜੇ ਨੌਕਰੀ ਦੇ ਦਿਓ, ਮੈਂ ਆਪਣੇ ਬੱਚੇ ਪਾਲਣੇ ਜੀ। ਉਹ ਸੈਕਟਰੀ ਦੇ ਏਟ ਦੇ ਵਿੱਚ ਲੱਗੀ ਹੋਈ ਸੀ। ਨਵੀਂ ਨਵੀਂ ਸਰਕਾਰ ਬਣ ਗਈ, ਸੁੱਖ ਨਾਲ ਸਰਕਾਰ ਨੂੰ ਵੋਟਾਂ ਪੈ ਗਈਆਂ ਸੀ 10% ਜੀ। 300-400 ਵੋਟਾਂ ਵਾਲੇ ਬੰਦੇ MLA ਬਣ ਗਏ, ਬੜੇ ਛੋਟੇ ਬੰਦੇ ਵੱਡੇ ਮੁਕਾਮਾਂ 'ਤੇ ਪਹੁੰਚ ਗਏ। ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਸਾਡੀ ਹੈਸੀਅਤ ਕੀ ਹੈ, IAS ਅਫਸਰਾਂ ਦੀ ਹੈਸੀਅਤ ਕੀ ਹੈ ਜੀ। ਉਹ ਲੜਕੀ ਕਿਤੇ ਫਾਈਲਾਂ ਫੂਲਾਂ ਲੈ ਕੇ ਮੰਤਰੀ ਜੀ ਦੇ ਦਫ਼ਤਰ 'ਚ ਆਈ, ਮੰਤਰੀ ਜੀ ਉਹ ਲੜਕੀ ਨੂੰ ਦੇਖ ਕੇ ਤਾਂ ਬੌਂਦਲ ਗਏ ਵੀ ਆ ਐਡੀ ਖੂਬਸੂਰਤ ਕੁੜੀ ਜੀ। ਇੱਕ ਅੱਧੀ ਵਾਰੀ ਫਿਰ ਆਈ, ਮੰਤਰੀ ਜੀ ਨੇ ਚੌੜ ਚੱਪਾ ਕਰਨਾ ਸ਼ੁਰੂ ਕਰਤਾ, ਕੁੜੀ ਨੇ ਕੋਈ ਰਿਸਪੋਂਸ ਨਹੀਂ ਦਿੱਤਾ ਵੀ ਕਮਲਾ ਭੌਂਕੀ ਜਾਵੇ, ਆਪਾਂ ਕੀ ਲੈਣਾ। ਇੱਕ ਦਿਨ ਨੌਬਤ ਇੱਥੋਂ ਤੱਕ ਆ ਗਈ ਕਿ ਮੰਤਰੀ ਜੀ ਨੇ ਆਪਣੇ ਕਮਰੇ ਦੇ ਅੰਦਰ ਹੀ ਉਹਦੇ ਨਾਲ ਕੋਈ ਅਸ਼ਲੀਲ ਹਰਕਤ ਕਰਤੀ ਜੀ। ਉਹ ਲੜਕੀ ਦੀ ਚੀਕ ਨਿਕਲ ਗਈ ਔਰ ਚੀਕ ਬਾਹਰ ਕਲਾਸ 4 ਜਿਹੜਾ ਬੈਠਾ ਸੀ ਉਹਨੂੰ ਪਤਾ ਲੱਗ ਗਿਆ ਜੀ। ਉਸ ਕਲਾਸ 4 ਨੇ ਆਪਣੇ ਸਾਥੀਆਂ ਨੂੰ ਦੱਸਤਾ, ਉੱਥੇ ਕਲਾਸ 4 ਜੂਨੀਅਰ ਨਾਲੇ ਇਕੱਠੇ ਹੋ ਗਏ। ਦੇਖਿਆ ਤਾਂ ਲੜਕੀ ਰੋਂਦੀ ਪਿੱਟਦੀ ਅੰਦਰੋਂ ਨਿਕਲੀ ਹੈ। ਇਹ ਮਾਮਲਾ ਬਾਹਰ ਆ ਗਿਆ, ਅਖਬਾਰਾਂ 'ਚ ਖਬਰਾਂ ਲੱਗ ਗਈਆਂ, ਅਸੀਂ ਵੀ ਐਕਟਿਵ ਸੀ। ਬਠਿੰਡੇ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਕਾਰਕੁਨ ਬਹੁਤ ਐਕਟਿਵ ਸੀ। PUCL ਪੀਪਲ ਯੂਨੀਅਨ ਫਾਰ ਸਿਵਲ ਲਿਬਰਟੀਜ਼ ਦੀ ਸਟੇਟ ਦੇ ਜਨਰਲ ਸਕੱਤਰ ਮਿਸਟਰ ਵੇਦ ਪ੍ਰਕਾਸ਼ ਗੁਪਤਾ ਵੀ ਇੱਥੇ ਰਹਿੰਦੇ ਹੁੰਦੇ ਸੀ ਜੀ। ਵੇਦ ਪ੍ਰਕਾਸ਼ ਗੁਪਤਾ ਦੀ ਬੇਟੀ ਡਾਕਟਰ ਵਨੀਤਾ ਗੁਪਤਾ, ਉਹ MBBS ਡਾਕਟਰ ਵੀ ਸੀ, ਸਰਕਾਰੀ ਡਾਕਟਰ, ਨਾਲ ਇਨਸਾਫ਼ ਇੰਟਰਨੈਸ਼ਨਲ ਨਾਂ ਦੀ ਕੋਈ ਔਰਗਨਾਈਜੇਸ਼ਨ ਵੀ ਸੀ ਜਿਹਦੇ ਆਧਾਰ ਦੇ ਉੱਤੇ ਉਹ ਸੋਸ਼ਲ ਕੰਮ ਕਰਦੀ ਸੀ ਜੀ। ਉਹਨਾਂ ਦੇ ਧਿਆਨ 'ਚ ਕਹਿ ਲਈ ਵੀ ਕੀ ਕਰੀਏ। ਇਨ ਦੀ ਮੀਨ ਟਾਈਮ ਖਬਰ ਇਹ ਆ ਗਈ ਕਿ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੀ ਚੇਅਰਪਰਸਨ ਫਾਤਮਾ ਬੀਵੀ ਜੀ, ਜਿਹੜੀ ਸੁਪਰੀਮ ਕੋਰਟ ਦੀ ਸਭ ਤੋਂ ਪਹਿਲੀ ਲੇਡੀ ਜੱਜ ਸੀ, ਕਹਿੰਦੇ ਜੀ ਉਹ ਚੰਡੀਗੜ੍ਹ ਆ ਰਹੀ ਹੈ ਅਤੇ ਉਹ ਮਿਲ ਰਹੀ ਹੈ ਲੋਕਾਂ ਨੂੰ ਕਿ ਜਿੱਥੇ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਹੋਈਆਂ ਉਹ ਮਾਮਲੇ ਮੇਰੇ ਧਿਆਨ 'ਚ ਲਿਆਓ ਜੀ। ਵੇਦ ਪ੍ਰਕਾਸ਼ ਗੁਪਤਾ, ਡਾਕਟਰ ਵਨੀਤਾ ਗੁਪਤਾ ਦਾਸ ਵੀ ਨਾਲ ਹੀ ਸੀ। ਅਸੀਂ ਚਲੇ ਗਏ ਚੰਡੀਗੜ੍ਹ ਜੀ, ਜਾ ਕੇ ਉਹਨਾਂ ਨੂੰ ਪਟੀਸ਼ਨ ਦਿੱਤੀ ਵੀ ਆਹ ਪਟੀਸ਼ਨ ਹੈ ਜੀ। ਉਹਨਾਂ ਨੇ ਪਟੀਸ਼ਨ ਇੰਟਰਟੇਨ ਕੀਤੀ ਔਰ ਉਹਨਾਂ ਨੇ ਉਹ ਡਾਕਟਰ ਵਨੀਤਾ ਨੂੰ ਕਿਹਾ ਕਿ ਤੂੰ ਲੜਕੀ ਹੈ, ਤੂੰ ਡਾਕਟਰ ਹੈ, ਲੜਕੀ ਹੈ, ਛੋਟੀ ਜਿਹੀ ਉਮਰ ਹੈ, ਤੂੰ ਅਨਮੈਰਿਡ ਹੈ, ਤੈਨੂੰ ਡਰ ਨਹੀਂ ਲੱਗਦਾ ਪੰਜਾਬ ਦੇ ਹਾਲਾਤ ਕਿਹੋ ਜਿਹੇ? ਉਹ ਕਹਿੰਦੀ ਜੀ ਨਹੀਂ ਬਿਲਕੁਲ ਨਹੀਂ ਡਰ ਲੱਗਦਾ। ਡਰਾਂ ਕਿਉਂ? ਇੱਕ ਔਰਤਾਂ ਦੀ ਆਬਰੂ ਦਾ ਸਵਾਲ ਹੈ, ਮੈਂ ਕਿਉਂ ਡਰਾਂ? ਕਹਿੰਦੀ ਜੇ ਤੇਰਾ ਕੋਈ ਜਾਤੀ ਧੱਕਾ ਹੋਵੇ, ਕਹਿੰਦੀ ਕੀ ਬਾਤ, ਤੂੰ ਮਾਰ ਹੀ ਦੇਣਗੇ। ਚਲੋ ਹੋਇਆ ਕੀ ਤਾਂ ਉਹ ਮਾਮਲਾ ਚੱਲਦਾ ਰਿਹਾ, ਮੰਤਰੀ ਜੀ ਦੀ ਇਨਕੁਆਇਰੀ ਖੁੱਲ੍ਹ ਗਈ, ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਤੋੜ ਲਿਆ। ਤਾਂ ਫਿਰ ਤੁਸੀਂ ਦੇਖੋ ਅਗਾਂਹ ਸਰਕਾਰਾਂ ਦਾ ਅਤਾਪ ਜੀ। ਉਹ ਲੜਕੀ ਦਾ ਭਰਾ ਵੀ ਡਾਕਟਰ, ਦੋਨੋਂ ਡਾਕਟਰ ਹੈ, ਲੜਕੀ ਅਨਮੈਰਿਡ ਹੈ, ਡਾਕਟਰ ਮੈਰਿਡ ਹੈ ਜੀ। ਅਤੇ ਹੁਣ ਦੋਨਾਂ ਨੂੰ ਜੀ ਫਿਰ ਕਹਿੰਦੇ ਇਹਨਾਂ ਨੂੰ ਸਜ਼ਾ ਦੇਣੀ ਹੈ, ਜਿਵੇਂ ਜਸਟਿਸ ਫਾਤਮਾ ਬੀਵੀ ਨੇ ਜੋ ਗੱਲ ਕਹੀ ਸੀ, ਉਹਨਾਂ ਦੀ ਫਿਰ ਟ੍ਰਾਂਸਫਰ ਕੀਤੀ ਜੀ ਮਾਂਡੇ ਏਰੀਏ ਦੀ।
ਜਿਹੜਾ ਐਨ ਉਸ ਵੇਲੇ ਦਹਿਸ਼ਤਗਰਦੀ ਦਾ ਹੈੱਡਕੁਆਟਰ ਸੀ, ਮੰਡ ਏਰੀਆ ਦੀ ਟ੍ਰਾਂਸਫਰ ਕੀਤੀ, ਬਹਾਨਾ ਕੋਈ ਚਾਹੀਦਾ ਸੀ, ਅਤੇ ਮੀਨਸ ਕੀ ਅਪਣਾਇਆ, ਭੈਣ ਭਰਾ ਨੂੰ ਮੀਆਂ ਬੀਬੀ ਬਣਾਤਾ। ਕਹਿੰਦੇ ਜੀ ਕਪਲ ਕਪਲ ਕੇਸ ਆ, ਕਪਲ ਕੇਸ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਮੰਡ 'ਚ ਭੇਜਿਆ ਜਾਂਦਾ। ਔਰ ਉਸ ਵੇਲੇ ਉਹ ਜਿਹੜਾ ਲੜਕੀ ਦਾ ਡਾਕਟਰ, ਅਸੀਂ ਸਾਡੇ ਧਿਆਨ 'ਚ ਆਇਆ ਵੀ ਚਲੋ ਆਪਣਾ ਬਦਲੀ ਵਗੈਰਾ ਰੱਖਾਉਣੇ, ਲੜਕੀ ਦਾ ਭਰਾ ਸੀ ਡਾਕਟਰ, ਬੜਾ ਕਾਬਲ ਡਾਕਟਰ ਹੈ, ਉਹਨੇ ਨੌਕਰੀ ਛੱਡਤੀ। ਕਹਿੰਦਾ ਜੀ ਮੈਂ ਤਾਂ ਅਜਿਹੀ ਨੌਕਰੀ ਨਹੀਂ ਕਰਦਾ। ਉਹ ਲੜਕੀ ਨੇ ਜਦੋਂ ਜਦ ਕੀਤੀ ਕਰਨ ਤੋਂ ਬਾਅਦ ਉਹਨੇ ਵੀ ਨੌਕਰੀ ਛੱਡਤੀ, ਉਹ ਵੀ ਅਮੈਰੀਕਾ ਚਲੀ ਗਈ। ਮਤਲਬ ਇਹ ਹਾਲਤ ਆ ਸਾਡੇ ਸਿਆਸਤਦਾਨਾਂ ਦੀ ਕਿ ਜੇ ਕੋਈ ਇਨਸਾਫ ਮੰਗਣ ਵਾਲਾ ਬੰਦਾ ਤਾਂ ਫਿਰ ਉਹਦੇ ਮੂੰਹ ਨੂੰ ਬੰਦ ਕਰਨ ਵਾਸਤੇ ਇਹ ਤੋਪੇ ਕਿਵੇਂ ਲਾਉਂਦੇ ਮੋਟੇ ਸੂਹੇ ਨਾਲ, ਕਿ ਉਹਦੀ ਜ਼ਬਾਨਬੰਦੀ ਕਰ ਦਿਓ, ਉਹਦੀ ਜ਼ਬਾਨ ਕੱਟ ਦਿਓ, ਇਹ ਕੁਛ ਕਰ ਲਿਓ। ਔਰ ਆਹ ਕੁਛ ਹੋ ਰਿਹਾ, ਮੇਰਾ ਖਿਆਲ ਹੈ ਵੀ ਕਾਂਗਰਸ ਹਾਈਕਮਾਂਡ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ, ਨਹੀਂ ਉਡੀਕਣਾ ਚਾਹੀਦਾ ਕਿ ਕੈਪਟਨ ਅਮਰਿੰਦਰ ਸਿੰਘ ਕਦੋਂ ਆਉਂਦਾ, ਸਗੋਂ ਹੁਣੇ ਗਵਰਨਰ ਨੂੰ ਕਹਿ ਦੇਣਾ ਚਾਹੀਦਾ ਕਿ ਇਹੋ ਜਿਹੇ ਮੰਤਰੀ ਨੂੰ ਸ਼ੰਟ ਆਊਟ ਕਰੋ, ਤਾਂ ਨਹੀਂ ਤਾਂ ਬਿਲਕੁਲ ਜੀ ਚੰਨੀ ਸਾਹਿਬ ਦੀ ਖੈਰ ਲੱਗਦੀ ਨਹੀਂ ਹੈ। ਅਤੇ ਵੇਰਕਾ ਸਾਹਿਬ ਦੇ ਜਿਹੜੇ ਕੈਬਨਿਟ ਦੇ ਵਿੱਚ ਪ੍ਰਵੇਸ਼ ਹੋ ਸਕਦਾ ਇਹ ਬਾਅਦ ਦੀ ਗੱਲ ਹੈ, ਲੇਕਿਨ ਚੰਨੀ ਸਾਹਿਬ ਨੂੰ ਜਾਣਾ ਚਾਹੀਦਾ।